ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬੰਦ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬੰਦ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬੰਦ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬੰਦ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬੰਦ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਸਕੂਟਰੀ ਤੇ ਦੋ ਲੁਟੇਰੇ ਆਏ ਤੇ ਈ ਰਿਕਸ਼ਾ ਚੋਰੀ ਕਰਕੇ ਫਰਾਰ ਹੋ ਗਏ। ਤਸਵੀਰਾਂ ਸੀਸੀਟੀਵੀ ਚ ਕੈਦ ਹੋ ਗਈਆਂ ਨੇ। ਤਸਵੀਰਾਂ ਚ ਚੋਰ ਦਾ ਚਿਹਰਾ ਤੇ ਸਕੂਟਰੀ ਦਾ ਨੰਬਰ ਵੀ ਸਾਫ ਨਜ਼ਰ ਆ ਰਿਹਾ ਹੈ। ਇਹ ਘਟਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਸਥਿਤ ਇੱਕ ਹੋਟਲ ਤੋਂ ਸਾਹਮਣੇ ਆਈ ਹੈ। ਜਦੋਂ ਇੱਕ ਈ ਰਿਕਸ਼ਾ ਚਾਲਕ ਸਵਾਰੀ ਉਤਾਰ ਕੇ ਹੋਟਲ ਦੇ ਅੰਦਰ ਗਿਆ ਤਾਂ ਇਹ ਚੋਰ ਉਸਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਜਾਂਦੇ ਨੇ। ਦੱਸਣਾ ਬਣਦਾ ਹੈ ਕਿ ਚੋਰ ਸਕੂਟਰੀ ਤੇ ਸਵਾਰ ਹੋ ਕੇ ਈ ਰਿਕਸ਼ਾ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਅਤੇ ਜਦੋਂ ਈ ਰਿਕਸ਼ਾ ਚਾਲਕ ਰਿਕਸ਼ੇ ਨੂੰ ਬਾਹਰ ਲਗਾ ਕੇ ਹੋਟਲ ਦੇ ਅੰਦਰ ਗਿਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਈ ਰਿਕਸ਼ਾ ਚੋਰੀ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।